ਵਾਲੇਕੁਮ। ਪੰਜਾਬੀ ਵਿੱਚ ਅੱਜ ਤੋਂ ਸਾਡਾ ਜਿਹੜਾ ਟੌਪਿਕ ਹੋਏਗਾ ਹੋਏਗਾ ਜੀ ਇਸਲਾਮੀ ਅਦਬ। ਉਹਦੇ ਵਿੱਚ ਸਾਡੇ ਕੋਲ ਦੋ ਟੌਪਿਕ ਆ ਜਾਂਦੇ ਨੇ, ਦੋ ਮੌਜੂ ਆਉਂਦੇ ਨੇ। ਇੱਕ ਹੈ ਜੀ ਮਵਾਜ਼ ਨੌਸ਼ਾ ਗੰਜ ਬਖਸ਼, ਅਤੇ ਦੂਜਾ ਸੱਚੀ ਸਰਕਾਰ ਹੈ। ਪਹਿਲਾਂ ਅਸੀਂ ਗੱਲ ਕਰਾਂਗੇ ਮਵਾਜ਼ ਨੌਸ਼ਾ ਗੰਜ ਬਖਸ਼ ਦੀ, ਜਿਹਨੂੰ ਮਰਤਬਾ ਸੇਜ ਸ਼ਰਾਫਤ ਨੌਸ਼ਾਹੀ ਨੇ ਮੁਰੱਤਬ ਕੀਤਾ ਹੈ, ਅਤੇ ਇਹਨੂੰ ਮਵਾਜ਼ ਨੌਸ਼ਾ ਵੀ ਕਿਹਾ ਜਾਂਦਾ ਹੈ। ਹਾਜੀ ਮੁਹੰਮਦ ਗੰਜ ਬਖਸ਼ ਦੇ ਮਵਾਜ਼ ਨੇ ਅਤੇ ਇਹਨੂੰ ਪੰਜਾਬ ਦੀ ਜਾਂ ਪੰਜਾਬੀ ਦੀ ਕਦੀਮ ਤਰੀਨ ਨਸਰ ਵੀ ਕਿਹਾ ਜਾਂਦਾ ਹੈ। ਅੱਛਾ, ਹੁਣ ਜਦੋਂ ਅਸੀਂ ਇਸਲਾਮੀ ਤਾਰੀਖ ਦਾ ਮੁਤਾਲਿਆ ਕਰਦੇ ਹਾਂ, ਮਸ਼ਾਇਖਾਂ ਅਤੇ ਸੂਫੀਆਂ ਬਾਰੇ ਅਸੀਂ ਪੜ੍ਹਦੇ ਹਾਂ, ਤਾਂ ਸਾਨੂੰ ਉਹਨਾਂ ਦੇ ਦੋ ਕਾਰਨਾਮੇ ਸਾਹਮਣੇ ਆਉਂਦੇ ਨੇ। ਇੱਕ ਹੈ ਜੀ ਦੀਨ ਇਸਲਾਮ ਦੀ ਇਸ਼ਾਅਤ, ਕਿ ਉਹਨਾਂ ਨੇ ਦੀਨ ਫੈਲਾਇਆ, ਅਤੇ ਦੂਜਾ ਹੈ ਉਹਨਾਂ ਨੇ ਮਾਸ਼ਰੇ ਨੂੰ ਦੀਨੀ ਨੀਂਹ ਉੱਤੇ ਮਜ਼ਬੂਤ ਅਤੇ ਪੱਕਿਆ ਕੀਤਾ। ਠੀਕ ਹੈ, ਉੱਥੇ ਉਹਦੀ ਨੀਂਹ ਉਹਨਾਂ ਨੇ ਮਜ਼ਬੂਤ ਕੀਤੀ ਹੈ ਅਤੇ ਉਹਦਾ ਯਤਨ ਕੀਤਾ। ਅਤੇ ਇਹਨਾਂ ਬਜ਼ੁਰਗਾਂ ਦੇ ਨਾਲ ਨਾਲ ਹੀ ਇਸਲਾਮ ਜਿਹੜਾ ਨਾ ਉਹ ਸਾਡੇ ਲੋਕਾਂ ਕੋਲੋਂ ਇਹ ਸਾਡੇ ਲੋਕਾਂ ਤੋਂ ਸਾਡੇ ਲੋਕਾਂ ਤੱਕ ਆਪੜਿਆ ਹੈ, ਅਤੇ ਉਹਨਾਂ ਨੇ ਸਾਨੂੰ ਜਿਹੜੇ ਲੋਕ ਸਨ ਪਸ਼ੂਆਂ ਦੀ ਹਯਾਤੀ ਵਿੱਚੋਂ ਕੱਢ ਕੇ ਇਨਸਾਨ ਬਣਾਇਆ। ਕਿ ਲੋਕਾਂ ਨੂੰ ਪਹਿਲੇ ਕੋਈ ਨੌਲੇਜ ਨਹੀਂ ਸੀ, ਪਰ ਇਹਨਾਂ ਬਜ਼ੁਰਗਾਂ ਸੂਫੀਆਂ ਦੀ ਤਾਲੀਮਾਤ ਦੇ ਨਾਲ ਨਾਲ ਹੀ ਸਾਨੂੰ ਇਨਸਾਨ ਦਾ ਰੂਪ ਸਮਝ ਆਇਆ, ਆਪਣਾ ਆਪ ਸਮਝ ਆਇਆ। ਅਸੀਂ ਪਹਿਲੇ ਜਾਨਵਰਾਂ ਦੀ ਜ਼ਿੰਦਗੀ ਗੁਜ਼ਾਰੇ ਸਨ, ਅਤੇ ਇਹਨਾਂ ਬਜ਼ੁਰਗਾਂ ਦੀ ਬਦੌਲਤ ਅਸੀਂ ਇਨਸਾਨ ਬਣੇ ਹਾਂ। ਕਿਹਾ ਜਾਂਦਾ ਜੀ ਪੰਜਾਬੀ ਉਹ ਖੁਸ਼ਕਿਸਮਤ ਜ਼ਬਾਨ ਹੈ ਕਿ ਇਸ ਨੂੰ ਸ਼ੁਰੂ ਤੋਂ ਹੀ ਜਿਹੜੇ ਨਾ ਅੱਲਾਹ ਵਾਲਿਆਂ ਦੀ ਸੰਗਤ ਮਿਲੀ ਹੈ। ਸਾਫ਼ ਸੁਥਰੀ 13ਵਾਂ ਜ਼ੁਬਾਨ ਭਾਵੇਂ ਪੰਜਾਬੀ ਸ਼ਾਇਰੀ ਦੀ ਬਾਕਾਇਦਾ ਇਬਤਦਾ ਅਤੇ ਪਹਿਲੇ ਸਾਹਿਬ ਦੀਵਾਨ ਸ਼ਾਇਰ ਹੋਣ ਦਾ ਇਜ਼ਾਜ਼ ਬਾਬਾ ਫਰੀਦ ਨੂੰ ਹਾਸਿਲ ਹੈ, ਪਰ ਨਸਰ ਵਿੱਚ ਕੋਈ ਪੁਰਾਣੀ ਕਿਤਾਬ ਹੱਥ ਨਾ ਆਉਣ ਪਾਰੂ ਇਹ ਸਿਹਰਾ ਜਿਹੜਾ ਹਜ਼ਰਤ ਹਾਜੀ ਮੁਹੰਮਦ ਗੰਜ ਬਖਸ਼ ਦੇ ਸਰ ਬੱਧਿਆ ਜਾਂਦਾ ਹੈ। ਹੁਣ ਅਸੀਂ ਗੱਲ ਕਰਾਂਗੇ ਹਜ਼ਰਤ ਹਾਜੀ ਮੁਹੰਮਦ ਨੌਸ਼ਾ ਗੰਜ ਬਖਸ਼ ਦੀ ਹਯਾਤੀ ਬਾਰੇ। ਜੰਪਲ ਅਤੇ ਵਸਨੈਕ ਨਾਮ ਸ਼ਾਮ ਥੋੜ੍ਹਾ ਜਿਹਾ। ਹਜ਼ਰਤ ਨੌਸ਼ਾ ਦਾ ਅਸਲ ਨਾਂ ਜਿਹੜਾ ਸੀ ਉਹ ਸੀ ਹਾਜੀ ਮੁਹੰਮਦ, ਅਤੇ ਲਕਬ ਜਿਹੜਾ ਸੀ ਉਹ ਨੌਸ਼ਾ ਸੀ, ਅਤੇ ਖਿਤਾਬ ਗੰਜ ਬਖਸ਼। ਠੀਕ ਹੈ, ਲਕਬ ਹੋ ਗਿਆ ਨੌਸ਼ਾ ਅਤੇ ਖਿਤਾਬ ਉਹਨਾਂ ਨੂੰ ਮਿਲਿਆ ਗੰਜ ਬਖਸ਼ ਦਾ। ਇਸੇ ਕਰਕੇ ਇਹਨਾਂ ਨੂੰ ਆਪ ਨੂੰ ਨੌਸ਼ਾ ਗੰਜ ਬਖਸ਼ ਦੇ ਨਾਂ ਨਾਲ ਮਸ਼ਹੂਰ ਨੇ ਜਾਂ ਮਸ਼ਹੂਰ ਕੀਤਾ ਗਿਆ। ਇਹਨਾਂ ਦੇ ਵਾਲਿਦ ਦਾ ਨਾਂ ਸੀ ਜੀ ਸੈਯਦ ਅਲਾਉਦੀਨ ਗਾਜ਼ੀ, ਅਤੇ ਵਾਲਦਾ ਸੀ ਬੀਬੀ ਜਿਉਣੀ। ਇੱਥੇ ਨਾਨੀ ਲਿਖਿਆ ਹੋਇਆ, ਨਾਨੀ ਨੇ ਵਾਲਦਾ ਦਾ ਨਾਂ ਹੈ ਬੀਬੀ ਜਿਉਣੀ। 1602 ਵਿੱਚ ਇਹਨਾਂ ਦੀ ਪੈਦਾਇਸ਼ ਹੋਈ ਹੈ, ਅਤੇ ਇਹ ਸ਼ਾਹਜਹਾਂ ਦੇ ਉਹਦ ਵਿੱਚ ਪੈਦਾ ਹੋਏ ਨੇ, ਅਤੇ 1691 ਵਿੱਚ ਔਰੰਗਜ਼ੇਬ ਆਲਮਗੀਰ ਦੇ ਸਮੇਂ ਵਿਸਾਲ ਫਰਮਾਇਆ। ਨੌਸ਼ਾ ਗੰਜ ਬਖਸ਼ ਪੰਜਾਬ ਦੇ ਜੰਪਲ ਸਨ, ਅਤੇ ਆਪ ਦੇ ਵੱਡੇ ਵਡੇਰੇ ਵੀ ਇੱਥੋਂ ਹੀ ਜਿਹੜਾ ਹਿਜਰਤ ਕਰਕੇ ਆਏ ਨੇ, ਅਤੇ ਫਿਰ ਗੁਜਰਾਤ ਵਸੇ ਨੇ। ਹੁਣ ਅਸੀਂ ਗੱਲ ਕਰਾਂਗੇ ਜੀ ਤਾਲੀਮ ਓ ਤਰਬੀਅਤ ਅਤੇ ਪੀਰੀ ਮੁਰੀਦ ਦੀ ਬਾਰੇ। ਇਹਨਾਂ ਨੇ ਕੁਰਾਨ ਵੀ ਹਿਫਜ਼ ਕੀਤਾ ਹੈ, ਕਾਦਰੀ ਸਿਲਸਿਲੇ ਦੇ ਬਜ਼ੁਰਗ ਸ਼ਾਹ ਸੁਲੇਮਾਨ ਨੂਰੀ ਬਲਵਾਲੀ ਦੇ ਹੱਥ 'ਤੇ ਬੈਤ ਕੀਤੀ, ਅਤੇ ਫਿਰ ਮੁਰਸ਼ਦ ਦੀ ਇਜਾਜ਼ਤ ਨਾਲ ਹੀ ਪਿੰਡ ਨੌਸ਼ਹਿਰਾ ਤਹਿਸੀਲ ਫਾਲੀਆ ਜ਼ਿਲ੍ਹਾ ਗੁਜਰਾਤ ਵਿੱਚ ਤਬਲੀਗੀ ਮਰਕਜ਼ ਕਾਇਮ ਕੀਤਾ। ਆਪ ਨੇ ਤਬਲੀਗ ਲਈ ਸੂਫੀਆਂ ਦੀ ਜਾਂ ਸੂਫੀਆਂ ਦੇ ਇੱਕ ਨਵੇਂ ਸਿਲਸਿਲੇ ਨੌਸ਼ਾਇਆ ਦਾ ਮੁੱਢ ਬੱਧਾ। ਆਪ ਦੀ ਤਬਲੀਗ ਨਾਲ 2 ਲੱਖ ਗੈਰ ਮੁਸਲਮਾਨ ਜਿਹੜੇ ਨੇ ਉਹ ਮੁਸਲਮਾਨ ਹੋਏ। ਪੰਜਾਬ ਵਿੱਚ ਹੀ ਇਹਨਾਂ ਦੇ ਮਰਕਜ਼ ਰਿਹਾ ਹੈ, ਤਬਲੀਗ ਦਾ ਮਰਕਜ਼ ਪੰਜਾਬ ਹੀ ਰਿਹਾ। ਹੁਣ ਇਹਨਾਂ ਦੇ ਪੁੱਤਰਾਂ ਬਾਰੇ ਗੱਲ ਕਰਾਂਗੇ ਜੀ। 2 ਪੁੱਤਰ ਸਨ ਇਹਨਾਂ ਦੇ, ਇੱਕ ਦਾ ਨਾਂ ਜੀ ਹਾਫਿਜ਼ ਬਰਖੁਰਦਾਰ ਸੀ ਜਿਹਨੇ ਮਿਰਜ਼ਾ ਸਾਹਿਬਾ ਲਿਖੀ ਹੈ, ਅਤੇ ਦੂਜੇ ਦਾ ਨਾਂ ਹਾਫਿਜ਼ ਅਬਦੁੱਲਾ ਸੀ। ਠੀਕ ਹੈ, ਹਾਫਿਜ਼ ਬਰਖੁਰਦਾਰ ਹਾਜੀ ਮੁਹੰਮਦ ਗੰਜ ਬਖਸ਼ ਦਾ ਪੁੱਤਰ ਸੀ। ਅਦਬੀ ਜ਼ੋਕ ਅਤੇ ਲਿਖਤਾਂ ਦੇ ਬਾਰੇ ਹੁਣ ਥੋੜ੍ਹਾ ਜਿਹਾ ਉਹਦੇ ਉੱਤੇ ਚਾਨਣ ਪਾਵਾਂਗੇ। ਆਪ ਪੱਕੇ ਪੀੜ੍ਹੇ ਉਰਦੂ ਫਾਰਸੀ ਅਤੇ ਪੰਜਾਬੀ ਦੇ ਸ਼ਾਇਰ ਸਨ ਅਤੇ ਅਦੀਬ ਵੀ ਸਨ। ਆਪ ਦੀ ਕਿਤਾਬਾਂ ਅਤੇ ਰਸਾਲਿਆਂ ਦੀ ਤਾਦਾਦ 126 ਹੈ, ਅਤੇ ਆਪ ਦੇ ਮਵਾਜ਼ ਪੰਜਾਬੀ ਨਸਰ ਦਾ ਮੋਹਰਲਾ ਨਮੂਨਾ ਨੇ। ਆਪ ਦੇ ਇਹ ਮਵਾਜ਼ ਪਹਿਲਾਂ ਸ਼ਰਾਫਤ ਨੌਸ਼ਾਹੀ ਨੇ ਮਵਾਜ਼ ਨੌਸ਼ਾ ਪੀਰ ਦੇ ਨਾਂ ਨਾਲ ਮੁਰੱਤਬ ਕੀਤੇ ਨੇ। ਇਹਨਾਂ ਆਪ ਦੀ ਲਿਖਤਾਂ ਵਿੱਚ ਚਹਾਰ ਬਾਗ, ਇੰਤਖਾਬ ਗੰਜ ਸ਼ਰੀਫ, ਗੰਜ ਅਲ ਅਸਰਾਰ ਅਤੇ ਗੰਜ ਸ਼ਰੀਫ
ਇਹੋ ਜਿਹੀਆਂ ਕਿਤਾਬਾਂ ਨੇ। ਹੁਣ ਮਵਾਜ਼ ਨੋਸ਼ਾ ਕਿਵੇਂ ਮਵਾਜ਼ ਨੇ ਇੱਕ ਜਮਾਲੀ ਤਜ਼ੀਆ ਕਰਨੇ ਆ। ਲਫ਼ਜ਼ ਵਾਜ਼ ਜਿਹੜਾ ਹੈ ਖਿਤਾਬੀ ਨਸਰ ਦੇ ਹੋਣ ਦਾ ਐਲਾਨ ਹੈ ਕਿ ਨੋਸ਼ਾ ਪਾਕ ਨੇ ਕਿਸੇ ਮੌਕੇ ਤੇ ਮੁਰੀਦਾਂ ਜਾਂ ਮਜਮਾਏ ਆਮ ਨੂੰ ਮੁਖਾਤਿਬ ਕਰਕੇ ਵਾਜ਼ ਫਰਮਾਏ ਨੇ। ਵਾਜ਼ ਕੀ ਹੁੰਦਾ ਹੈ ਕਿ ਜਦੋਂ ਲੋਕਾਈ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਕੋਈ ਗੱਲਬਾਤ ਦੱਸੀ ਜਾਂਦੀ ਹੈ, ਕੋਈ ਤਬਲੀਗ ਕੀਤੀ ਜਾਂਦੀ ਹੈ ਜਾਂ ਕੋਈ ਇਸਲਾਮੀ ਗੱਲ ਦੱਸੀ ਜਾਂਦੀ ਹੈ, ਕੋਈ ਖਿਤਾਬ ਕੀਤਾ ਜਾਂਦਾ ਹੈ। ਪਹਿਲੇ ਆਵਾਜ਼ ਨੂੰ ਛੱਡ ਕੇ ਇੰਨੇ ਨਿੱਕ ਬਾਕੀ ਜਿਹੜੇ ਆਵਾਜ਼ ਨੇ ਉਹ ਇੰਨੇ ਨਿੱਕੇ ਨੇ ਕਿ ਉਹਨਾਂ ਨੂੰ ਮਲਫੂਜ਼ਾਤ ਕਿਹਾ ਜਾ ਸਕਦਾ ਹੈ। ਠੀਕ ਹੈ, ਐਮ ਸੀ ਕਿਊ ਵਾਸਤੇ ਇੰਪੋਰਟੈਂਟ ਹੈ ਕਿ ਪਹਿਲੇ ਆਵਾਜ਼ ਨੂੰ ਛੱਡ ਕੇ ਬਾਕੀ ਆਵਾਜ਼ਾਂ ਨੂੰ ਕੀ ਕਿਹਾ ਜਾਂਦਾ ਹੈ, ਉਹਨਾਂ ਨੂੰ ਮਲਫੂਜ਼ਾਤ ਕਿਹਾ ਜਾਂਦਾ ਹੈ। ਮੀਮ ਲਾਮ ਫੇ ਵਾਓ ਜ਼ਵਾਦ ਅਲਿਫ ਤੇ ਮਲਫੂਜ਼ਾਤ ਕਿਹਾ ਜਾ ਸਕਦਾ ਹੈ। ਜ਼ਖਾਇਰੁਲ ਜਵਾਹਿਰ ਇਰਸ਼ਾਦਾਤ ਨੋਸ਼ਾਇਆ ਕਲਮਾਤ ਤਈਬਾਤ ਜਵਾਹਿਰ ਮਕਨੂਨ, ਕਿਤਾਬਾਂ ਨੂੰ ਮੁੱਖ ਰੱਖਿਆ, ਇਹ ਕਿਤਾਬਾਂ ਦੇ ਨਾਂ ਸਨ, ਇਹਨਾਂ ਕਿਤਾਬਾਂ ਨੂੰ ਮੁੱਖ ਰੱਖੀਏ ਤੇ ਇਹ ਮਲਫੂਜ਼ਾਤ ਵੀ ਨਹੀਂ ਰਹਿੰਦੇ। ਇੱਕ ਪੱਖ ਅਸਮਤੁੱਲਾ ਜ਼ਾਹਿਦ ਦਿੱਤਾ ਹੋਇਆ ਹੈ ਉਨਵਾਨ ਆਖੇ ਨੋਸ਼ਾ ਕਾਦਰੀ ਹੈ, ਜਿਹਦੇ ਤੋਂ ਦਿਹਾਨ ਜਿਹੜਾ ਨਾ ਉਹ ਜਾਂਦਾ ਹੈ। ਇਹ ਕਿਤਾਬ ਦਾ ਨਾਂ ਹੈ ਦਸ ਪੇਕ ਜ਼ੋਰਾਸਟਰਾ। ਇਸ ਕਿਤਾਬ ਦੇ ਵੱਲ ਧਿਆਨ ਜਾਂਦਾ ਹੈ ਕਿਉਂ ਜੇ ਇਹਦੇ ਵਿੱਚ ਨੀਮ ਫਲਸਫਿਆਨਾ ਸ਼ਾਇਰਾਨਾ ਅੰਦਾਜ਼ ਬਿਆਨ ਤੇ ਇਲਹਾਮੀ ਕਿਤਾਬਾਂ ਦਾ ਅਸਲੂਬ ਵੀ ਸ਼ਾਮਿਲ ਹੋਏ। ਜਦਕਿ ਜਿਹੜਾ ਮਵਾਜ਼ ਵਿੱਚ ਹੈ ਨਾ ਉਹਦਾ ਅੰਦਾਜ਼ ਸਿੱਧਾ, ਬੜਾ ਸਿੱਧਾ ਸਾਦਾ ਹੈ। ਇਖਲਾਕੀ ਨਸੀਹਤਾਂ ਨੇ, ਨਿੱਕੇ ਨਿੱਕੇ ਫਿਕਰੇ ਨੇ, ਮਜ਼ਮੂਨਾਂ ਦਾ ਰਬਤ ਤੇ ਖਾਸ ਮੰਤਕੀ ਤਰਤੀਬ ਹੈ। ਇੱਥੋਂ ਇਹ ਮਵਾਜ਼ ਪੰਜਾਬੀ ਨਸਰ ਦਾ ਮੋਹਰਾਲਾ ਨਮੂਨਾ ਨੇ ਤੇ ਮਲਫੂਜ਼ਾਤ ਨਹੀਂ ਅਸਲੂਬ ਪਾਰੋਂ ਵਾਜ਼ ਨੇ। ਠੀਕ ਹੈ, ਉਹ ਕਿਹਾ ਜਾਂਦਾ ਹੈ ਜੀ ਕਿਉਂ ਜੇ ਇਹਨਾਂ ਦਾ ਜਿਹੜਾ ਕੰਟੈਕਸਟ ਹੈ ਉਹ ਬੜਾ ਸਿੱਧਾ ਸਾਦਾ ਹੈ, ਨਸੀਹਤਾਂ ਵਾਂਗਰ ਹੈ ਤੇ ਇਹਨੂੰ ਮਲਫੂਜ਼ਾਤ ਨਹੀਂ ਕਿਹਾ ਜਾ ਸਕਦਾ। ਵੈਸੇ ਤੁਸਾਂ ਨੇ ਰੱਖਣਾ ਹੈ ਕਿ ਤੁਹਾਡੇ ਮਾਇੰਡ ਵਿੱਚ ਹੋਣਾ ਚਾਹੀਦਾ ਕਿ ਇਹਨੂੰ ਜਿਹੜਾ ਕੋਈ ਐਮ ਸੀ ਕਿਊ ਆ ਜਾਂਦਾ ਤੇ ਉਸ ਕਰਕੇ ਤੁਸਾਂ ਨੇ ਆਪਣੇ ਮਾਇੰਡ ਵਿੱਚ ਰੱਖਣਾ ਹੈ ਕਿ ਜੇ ਬਾਕੀ ਪਹਿਲਾ ਆਵਾਜ਼ ਛੱਡ ਕੇ ਤੇ ਜੇ ਬਾਕੀ ਪੰਜ ਆਵਾਜ਼ ਨੇ ਉਹਨਾਂ ਨੂੰ ਮਲਫੂਜ਼ਾਤ ਕਲੈਕਟਿਵ ਜਿਹੜਾ ਕਿਹਾ ਜਾਂਦਾ ਉਹ ਮਲਫੂਜ਼ਾਤ ਕਿਹਾ ਜਾਂਦਾ। ਪਰ ਫਰਦਰ ਉਹਦੀ ਐਕਸਪਲੇਨੇਸ਼ਨ ਕੀਤੀ ਹੈ, ਇਹ ਤੁਹਾਡੇ ਸਿਰਫ ਨੌਲੇਜ ਵਾਸਤੇ, ਤੁਸੀਂ ਤੁਹਾਨੂੰ ਪੇਪਰ ਵਿੱਚ ਲਿਖਣ ਦੀ ਲੋੜ ਨਹੀਂ ਹੈ। ਠੀਕ ਹੈ, ਕਿਉਂ ਮਲਫੂਜ਼ਾਤ ਨਹੀਂ ਹੈ, ਕਿਉਂ ਨਹੀਂ ਹੈ, ਕਿਉਂ ਜੇ ਉਹਨਾਂ ਦੇ ਅੰਦਰ ਜਿਹੜੇ ਨਿੱਕੇ ਨਿੱਕੇ ਫਿਕਰੇ ਨੇ, ਮਜ਼ਮੂਨਾਂ ਦਾ ਰਬਤ ਹੈ, ਮੰਤਕੀ ਤਰਤੀਬ ਦਿੱਤੀ ਗਈ ਹੈ, ਅੰਦਾਜ਼ ਉਹਨਾਂ ਦਾ ਬੜਾ ਸਿੱਧਾ ਹੈ, ਪਾਕ ਤੇ ਇਖਲਾਕੀ ਨਸੀਹਤਾਂ ਨੇ। ਠੀਕ ਹੈ, ਇਸ ਤਰ੍ਹਾਂ ਉਹਨਾਂ ਨੂੰ ਮਲਫੂਜ਼ਾਤ ਨਹੀਂ ਕਿਹਾ ਜਾ ਸਕਦਾ, ਉਹ ਇੱਕ ਨਸਰ ਦੇ ਨਾਲ ਹੀ ਵਾਜ਼ਿਆ ਹੁੰਦੇ ਨੇ। ਠੀਕ ਹੈ, ਹੁਣ ਆ ਜਾਂਦਾ ਅਗਲਾ ਜੀ ਮਵਾਜ਼ਾਂ ਦੀ ਅਹਿਮੀਅਤ ਕਿਹੜੀ ਹੈ, ਫਿਰ ਉਸ ਤੋਂ ਬਾਅਦ ਅਸੀਂ ਇਹਦੀ ਖਸੂਸੀਅਤ ਦੇ ਬਾਰੇ ਗੱਲ ਕਰਾਂਗੇ। ਠੀਕ ਹੈ, ਅਹਿਮੀਅਤ ਕੀ ਹੈ ਜੀ? ਪਹਿਲਾ ਪੁਆਇੰਟ ਹੈ ਜੀ, ਇਹ ਆਵਾਜ਼ ਜਿਹੜਾ ਨਾ ਸ਼ਾਹਜਹਾਂ ਸਮੇਂ ਅਵਾਮੀ ਪੱਧਰ ਉੱਤੇ ਇਸਲਾਮੀ ਤਬਲੀਗ ਦਾ ਮੁੱਢ ਮਾਖਜ਼ ਨੇ। ਕਿਉਂ ਜੇ ਦੀਨੇ ਅਕਬਰੀ ਸ਼ਾਹਜਹਾਂ ਦਾ ਜੇ ਤੁਸੀਂ ਰੀਕਾਲ ਕਰੋ ਤੇ ਸ਼ਾਹਜਹਾਂ ਦੇ ਉਹਦੇ ਬਾਅਦ ਜਿਹੜਾ ਨਾ ਅਕਬਰ ਆਇਆ। ਠੀਕ ਹੈ, ਤੇ ਪਹਿਲਾਂ ਆਉਂਦਾ ਹੈ ਜੀ ਅਕਬਰ ਆਉਂਦਾ ਹੈ, ਫਿਰ ਉਹਦੇ ਬਾਅਦ ਜਹਾਂਗੀਰ ਹੈ, ਫਿਰ ਇਹ ਤੇ ਫਿਰ ਉਹਦੇ ਬਾਅਦ ਜਿਹੜਾ ਸ਼ਾਹਜਹਾਂ ਹੈ। ਤੇ ਇਹ ਜਿਹੜਾ ਆਵਾਜ਼ ਹੈ ਨਾ, ਇਹ ਆਵਾਜ਼ਾਂ ਦਾ ਸਿਲਸਿਲਾ ਸ਼ਾਹਜਹਾਂ ਦੇ ਸਮੇਂ ਜਿਹੜਾ ਹੋਇਆ ਸੀ। ਕਿਉਂ ਹੋਇਆ ਸੀ? ਕਿਉਂਕਿ ਦੀਨੇ ਅਕਬਰੀ ਜਿਹੜਾ ਸੀ ਉਹ ਤਾਂ ਅਕਬਰ ਦੇ ਜ਼ਮਾਨੇ ਵਿੱਚ ਸੀ, ਪਰ ਹੋਇਆ ਕੀ ਕਿ ਜਦੋਂ ਜਹਾਂਗੀਰ ਨੂੰ ਥੋੜ੍ਹਾ ਜਿਹਾ ਉਹਨੂੰ ਸਮਝ ਲੱਗੀ ਤੇ ਦਰਬਾਰ ਦੀ ਫਿਜ਼ਾ ਤੇ ਉਹ ਠੀਕ ਹੋ ਗਈ, ਮੁਜੱਦਦ ਅਲਫ਼ ਸਾਨੀ ਦੀ ਵਹਾਦਤ ਸ਼ਹੂਦ ਦੀ ਬਾਂਗ ਨਾਲ ਜਹਾਂਗੀਰ ਜਿਹੜਾ ਸੀ, ਜਹਾਂਗੀਰ ਦੇ ਸਿੱਧੇ ਰਾਹ ਪਕੜਨ ਪਰੋਂ ਜਿਹੜੇ ਦਰਬਾਰੀ ਫਿਜ਼ਾ ਸੀ ਉਹ ਤੇ ਠੀਕ ਹੋ ਗਈ, ਪਰ ਅਵਾਮੀ ਸਤ੍ਹਾ ਵਿੱਚ ਫਿਰ ਵੀ ਜਿਹੜੇ ਨਾ ਬਿਦਤਾਂ ਪਹਿਲੇ ਵਾਂਗ ਰਹੀਆਂ। ਤੇ ਇਸ ਕਰਕੇ ਸ਼ਾਹਜਹਾਂ ਦੇ ਦੌਰ ਤੱਕ ਵੀ ਜਿਹੜਾ ਨਾ ਇਹ ਬਿਦਤਾਂ ਟੁਰਦੀਆਂ ਰਹੀਆਂ ਨੇ। ਤੇ ਇਸ ਕਰਕੇ ਉਸ ਸਮੇਂ ਵਿੱਚ ਇਹਨਾਂ ਨੇ ਤਬਲੀਗ ਕੀਤੀ ਤੇ ਲੋਕਾਂ ਨੂੰ ਸਿੱਧੀ ਰਾਹ ਤੇ ਟੋਰਿਆ। ਅੱਛਾ, ਹੁਣ ਕਿਉਂਕਿ ਇਹ ਤੇ ਤੁਸੀਂ ਪਾਕਿਸਤਾਨ ਸਟੱਡੀਜ਼ ਪੜ੍ਹਿਆ ਹੀ ਹੋਇਆ ਅਕਬਰ ਦਾ ਜਾਂ ਮੁਗਲ ਐਮਪਰਰ ਦਾ, ਤੇ ਉਹਨਾਂ ਦਾ ਥੋੜ੍ਹਾ ਜਿਹਾ ਤੁਹਾਨੂੰ ਆਈਡੀਆ ਹੋਏਗਾ, ਤੇ ਉਸ ਤਰ੍ਹਾਂ ਤੁਹਾਨੂੰ ਆਈਡੀਆ ਤੇ ਉਹਦੇ ਵਿੱਚ ਥੋੜ੍ਹਾ ਬਹੁਤ ਡਾਲ ਦੇਣਾ, ਪਰ ਇੰਨੀ ਕੋਈ ਲੋੜ ਨਹੀਂ ਹੈ। ਠੀਕ ਹੈ, ਬਸ ਇਹ ਤੁਸਾਂ ਤੁਹਾਨੇ ਜਿਹੜਾ ਨਾ ਤੁਸਾਂ ਨੇ ਦੱਸਣਾ ਹੈ ਕਿ ਜੀ ਸ਼ਾਹਜਹਾਂ ਦੇ ਸਮੇਂ 'ਚ
ਤਬਲੀਗਾਂ ਸ਼ੁਰੂ ਹੋਈਆਂ ਸਨ ਕਿਉਂਕਿ ਜੇ ਦੀਨੇ ਅਕਬਰੀ ਦੀ ਫਿਜ਼ਾ ਵਾਂਗਰ ਜਿਹੜਾ ਨਾ ਉਹ ਅਵਾਮੀ ਸਤ੍ਹਾ ਵਿੱਚ ਬੜੀ ਬਿਦਤਾਂ ਸ਼ੁਰੂ ਹੋਈਆਂ ਸਨ ਤੇ ਅਵਾਮੀ ਸਤ੍ਹਾ ਵਿੱਚ ਉਹ ਠੀਕ ਨਹੀਂ ਹੋ ਰਹੀਆਂ ਸਨ ਤੇ ਇਹ ਆਵਾਜ਼ ਆਮ ਜਾਂ ਅਵਾਮੀ ਸਤ੍ਹਾ ਜਾਂ ਅਵਾਮ ਵਿੱਚ ਜਾਂ ਲੋਕਾਂ ਨੂੰ ਸਿੱਧੇ ਰਾਹ ਤੇ ਟੋਰਨ ਵਾਸਤੇ ਇਹ ਆਵਾਜ਼ ਦਿੱਤੇ ਗਏ ਨੇ ਇਹਨਾਂ ਦੇ ਖਿਲਾਫ ਹਜ਼ਰਤ ਮੋਸ਼ਾ ਪਾਕ ਨੇ ਭਰਵੀਂ ਤਬਲੀਗੀ ਮਿਸ਼ਨ ਨਾਲ ਜਿਹਾਦ ਕਰਕੇ ਇਸਲਾਮੀ ਤਬਲੀਗ ਦਾ ਮੁੱਢ ਬੰਨ੍ਹਿਆ ਤੇ ਲੋਕਾਂ ਨੂੰ ਸਿੱਧੀ ਰਾਹ ਤੇ ਟੋਰਿਆ ਫਿਰ ਦੂਜਾ ਜੀ ਮਵਾਦ ਦੇ ਹਵਾਲੇ ਨਾਲ 6 ਵਾਰ ਇਸਲਾਮੀ ਸ਼ਰ੍ਹਾ ਦੇ ਮਿਢਲੇ ਮਸਲਿਆਂ ਦੀ ਸਿੱਧੀ ਸਾਵੀਂ ਦੱਸ ਪਾਉਂਦੇ ਨੇ ਕੋਈ ਮੁਸ਼ਕਿਲ ਗੱਲ ਨਹੀਂ ਮੋਟੀ ਮੋਟੀਆਂ ਗੱਲਾਂ ਨੇ ਤੇ ਸਿੱਧੀ ਸਾਦੀ ਗੱਲਾਂ ਨੇ ਠੀਕ ਹੈ ਜਿਹੜੀ ਤੁਹਾਡੇ ਦੀਨ ਵਿੱਚ ਬੜੀ ਆਮ ਤੇ ਸਾਫ਼ ਲਫ਼ਜ਼ਾਂ ਵਿੱਚ ਸ਼ਾਮਿਲ ਹੁੰਦੀਆਂ ਨੇ ਤੇ ਬੜੇ ਸਾਡੇ ਮੇਜਰ ਜਿਹੜੇ ਨੇ ਮੋਟੇ ਮੋਟੇ ਕੰਮ ਜਿਹੜੇ ਨੇ ਸਾਡੇ ਦੀਨ ਦੇ ਉਹ ਇਹਨਾਂ ਨੇ ਵਾਜ਼ਾ ਰਾਹੀਂ ਬਿਆਨ ਕੀਤਾ ਹੈ ਇਹਨਾਂ ਦਾ ਖੁਲਾਸਾ ਕੁਝ ਇਸ ਤਰ੍ਹਾਂ ਨੇ ਠੀਕ ਹੈ ਹੁਣ 6 ਵਾਜ਼ ਨੇ ਪਹਿਲਾ ਵਾਜ਼ ਜਿਹੜਾ ਉਹਦਾ ਮੌਜੂ ਹੈ ਜੀ ਤੋਹੀਦ ਸਭ ਨੂੰ ਪਤਾ ਤੋਹੀਦ ਕੀ ਹੈ ਜੇ ਹੁਣ ਅਗਰ ਕਿਸੇ ਨੇ ਇਹ ਨਹੀਂ ਵੀ ਪੜ੍ਹਿਆ ਹੋਇਆ ਨਾ ਜੇ ਤੁਹਾਨੂੰ ਕੋਈ ਇੰਨਾ ਕੁ ਪਤਾ ਹੈ ਕਿ ਜੀ ਵਾਜ਼ ਕਿੰਨੇ ਕੋਈ ਨੇ ਕਿਉਂਕਿ ਇੰਨਾ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਵਾਜ਼ ਕਿੰਨੇ ਨੇ ਜੇ ਤੁਹਾਨੂੰ ਪਤਾ ਹੈ ਕਿ 6 ਵਾਜ਼ ਨੇ ਤਾਂ ਚਲੋ ਥੋੜ੍ਹਾ ਬਹੁਤ ਜਾਂ ਤੁਸੀਂ ਮੌਜੂ ਇਹਨਾਂ ਦੀ ਯਾਦ ਰੱਖ ਲਓ ਜੀ ਪਹਿਲਾ ਤੋਹੀਦ ਹੈ ਦੂਜਾ ਜਿਹੜਾ ਨਾ ਇਨਸਾਨੀ ਦਿਲ ਬਾਰੇ ਉਹਨਾਂ ਨੇ ਗੱਲ ਕੀਤੀ ਤੀਜੇ ਬਾਰੇ ਉਹਨਾਂ ਨੇ ਸੱਚ ਬੋਲਣੇ ਦੇ ਉੱਤੇ ਜ਼ੋਰ ਪਾਇਆ ਚੌਥਾ ਵਾਜ਼ ਜਿਹੜਾ ਉਹ ਤਾਤ ਹੈ ਪੰਜਵਾਂ ਹੈ ਜਿਹੜਾ ਅਮਲ ਹੈ ਤੇ 6ਵਾਂ ਵਾਜ਼ ਜਿਹੜਾ ਇਹ ਇਸਲਾਮੀ ਅਹਿਕਾਮਾਤ ਨੂੰ ਅਮਲੀ ਸੂਰਤ ਦੇਣ ਉੱਤੇ ਜ਼ੋਰ ਦਿੱਤਾ ਗਿਆ ਇਹ ਜਦੋਂ ਤੁਹਾਨੂੰ ਇਹ ਪਤਾ ਨਾ ਕਿ 6 ਇਹ ਵਾਜ਼ ਨੇ ਇਹਨਾਂ ਦੇ ਮੌਜੂ ਨੇ ਤੁਸੀਂ ਆਪ ਇਹਨਾਂ ਦੇ ਵਿੱਚ ਲਿਖ ਲਓਗੇ ਠੀਕ ਹੈ ਪਹਿਲੇ ਵਾਜ਼ ਉੱਤੇ ਗੱਲ ਕਰਨੇ ਤੋਹੀਦ ਦਾ ਮੌਜੂ ਹੈ ਇਸ ਤਰ੍ਹਾਂ ਸ਼ੁਰੂ ਹੁੰਦੇ ਜੀ ਬਾਬਾ ਸਾਈਂ ਵਾਲਿਆਂ ਫਰਮਾਇਆ ਹੈ ਜੋ ਸਾਈਂ ਖੁਦ ਮੁਖਤਾਰ ਹੈ ਜੋ ਮੰਨਦਾ ਹੈ ਸੋ ਬੰਦਾ ਹੈ ਉਹ ਜਿਵੇਂ ਰੱਖੇ ਤਿਵੇਂ ਰਹੀਏ ਉਹ ਸਭ ਦਾ ਹਾਕਿਮ ਹੈ ਉਹਦੇ ਨਾਲ ਮੌਤ ਆਉਂਦੀ ਹੈ ਮੌਤ ਸਮੇਂ ਮੋਮਿਨ ਜਾਨ ਸੁਖਾਲੀ ਤੇ ਕਾਫਿਰ ਦੀ ਜਾਨ ਔਖੀ ਨਿਕਲੇਗੀ ਮੌਤ ਮਗਰੋਂ ਰੂਹ ਆਪਣੇ ਅਸਲ ਵਤਨ ਆਪੜ ਜਾਂਦੀ ਹੈ ਖੁਸ਼ਕਿਸਮਤ ਨੇ ਜਿਹੜੇ ਜੰਨਤ ਵਿੱਚ ਦਾਖਲ ਹੋਣਗੇ ਅੱਲਾ ਨੇ ਇਸ ਦੁਨੀਆਂ ਦੇ ਕਮਾਲ ਵਾਸਤੇ ਫਰਿਸ਼ਤੇ ਮੁਕਰਰ ਕੀਤੇ ਨੇ ਜਿਹੜੇ ਅੱਲਾ ਦੇ ਹੁਕਮ ਨਾਲ ਮਾਰਨ ਤੇ ਜੀਵਨ ਦਾ ਕੰਮ ਕਰਦੇ ਨੇ ਇਸਰਾਫੀਲ ਦੇ ਫੂਕ ਨਾਲ ਸਭ ਕੁਝ ਢਹਿ ਜਾਵੇਗਾ ਦੂਜੀ ਫੂਕ ਨਾਲ ਡਿੱਠੇ ਅਸਰ ਜਾਣਗੇ ਸੱਚਾਈ ਬੰਦੇ ਦੀ ਚੰਗੀ ਸਾਥੀ ਤੇ ਝੂਠ ਭੈੜਾ ਸਾਥੀ ਹੈ ਹੁਣ ਦੇਖੋ ਇਹਦੇ ਵਿੱਚ ਤੁਸੀਂ ਹੁਣ ਸੱਚ ਬਾਰੇ ਗੱਲ ਕਰ ਪਹਿਲੇ ਥੋੜ੍ਹੀ ਜਿਹੀ ਅੱਲਾ ਦੇ ਕੇ ਅੱਲਾ ਜਿਵੇਂ ਰੱਖੇ ਉਸ ਤਰ੍ਹਾਂ ਸਾਨੂੰ ਰਹਿਣਾ ਚਾਹੀਦਾ ਉਹ ਸਭ ਦਾ ਹਾਕਮ ਹੈ ਉਹਦੇ ਨਾਲ ਹੀ ਸਾਨੂੰ ਮੌਤ ਤੇ ਜ਼ਿੰਦਗੀ ਆਉਂਦੀ ਹੈ ਤੇ ਜਿਹੜਾ ਚੰਗਾ ਬੰਦਾ ਹੋਏਗਾ ਉਹਦੀ ਸੌਖੀ ਮੌਤ ਹੋਏਗੀ ਤੇ ਜਿਹੜਾ ਭੈੜਾ ਬੰਦਾ ਹੋਏਗਾ ਕਾਫਿਰ ਹੋਏਗਾ ਉਹਦੀ ਔਖੀ ਮੌਤ ਹੋਏਗੀ ਠੀਕ ਹੈ ਇਸੇ ਤਰ੍ਹਾਂ ਨਾਲ ਫਿਰ ਹੁਣ ਉਹ ਆ ਰਹੇ ਨਾ ਜੀ ਸੱਚ ਉੱਤੇ ਕਿ ਸੱਚ ਜਿਹੜਾ ਨਾ ਉਹ ਚੰਗਿਆਂ ਦਾ ਸਾਥੀ ਹੁੰਦਾ ਤੇ ਭੈੜਿਆਂ ਦਾ ਝੂਠ ਸਾਥੀ ਹੁੰਦਾ ਸਿੱਧਾ ਸੱਚ ਵਾਲੇ ਸੁਖੀ ਜਿਹੜਾ ਸੱਚ ਬੋਲਦੇ ਨੇ ਉਹ ਸਦਾ ਹੀ ਸੁਖੀ ਰਹਿੰਦੇ ਨੇ ਤੇ ਝੂਠ ਵਾਲੇ ਜਿਹੜਾ ਉਹ ਸਦਾ ਦੁਖੀ ਰਹਿੰਦੇ ਨੇ ਜਿਵੇਂ ਹਜ਼ਰਤ ਮੂਸਾ ਨੇ ਅੱਲਾ ਦੇ ਹੁਕਮ ਨਾਲ ਸੱਚਾਈ ਦੀ ਦਾਵਤ ਤੇ ਰੱਬ ਦੀ ਵਹਦਤ ਬਿਆਨ ਕੀਤੀ ਪਰ ਫਿਰਔਨ ਨੇ ਹਜ਼ਰਤ ਮੂਸਾ ਦੀ ਗੱਲ ਨਾ ਮੰਨੀ ਉਸਨੇ ਜਾਦੂਗਰਾਂ ਨੂੰ ਜਮ੍ਹਾਂ ਕੀਤਾ ਤੇ ਹਜ਼ਰਤ ਮੂਸਾ ਦਾ ਮੁਕਾਬਲਾ ਕਰਨ ਲਈ ਆਖਿਆ ਅੱਛਾ ਖੈਰ ਹੁਣ ਇਹ ਥੋੜ੍ਹੀ ਜਿਹੀ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਹੈ ਜਿਹੜੀ ਤੁਹਾਨੂੰ ਤੁਸੀਂ ਪਾਉਣਾ ਚਾਹੋ ਤੁਸੀਂ ਪਾ ਲਓ ਨਹੀਂ ਪਾਉਣਾ ਚਾਹੁੰਦੇ ਨਾ ਪਾਓ ਪਰ ਇਹੀ ਗੱਲ ਹੈ ਕਿ ਉਹਨਾਂ ਨੇ ਸੱਚ ਨੂੰ ਸੱਚ ਦੀ ਤਰਗੀਬ ਦਿੱਤੀ ਹੈ ਕਿ ਕਿਵੇਂ ਅੱਲਾ ਵਾਲਿਆਂ ਨੂੰ ਸੱਚ ਜਿਹੜਾ ਨਾ ਉਹ ਸੱਚ ਨੂੰ ਅਪਣਾ ਕੇ ਆਪਣੇ ਆਪ ਨੂੰ ਅੱਲਾ ਦੇ ਹਵਾਲੇ ਕਰਦੇ ਤੇ ਅੱਲਾ ਫਿਰ ਉਹਨਾਂ ਦੀ ਹਿਫਾਜ਼ਤ ਕਰਦਾ ਹੈ ਅੱਗੇ ਫਿਰ ਉਹਨਾਂ ਨੇ ਇਹ ਵੀ ਕਿਹਾ ਜੀ ਅੱਲਾ ਪਾਕ ਨੇ 7 ਆਸਮਾਨ ਤੇ ਜ਼ਮੀਨਾਂ ਬਣਾਈਆਂ ਨੇ ਤੇ ਉਹਦੇ ਉੱਤੇ ਬੰਦੇ ਵਸਦੇ ਨੇ ਜ਼ਮੀਨ ਤੋਂ ਪਹਿਲੇ ਆਸਮਾਨ ਤੇ 500 ਵਰ੍ਹਿਆਂ ਦੀ ਰਾਹ ਹੈ ਇਸੇ ਤਰ੍ਹਾਂ ਇੱਕ ਅਸਮਾਨ ਤੋਂ ਲੈ ਕੇ ਦੂਜੇ ਅਸਮਾਨ ਤੋੜੀ ਇੰਨਾ ਹੀ ਕੋਈ ਸਫ਼ਰ ਹੈ ਰਾਤ ਜਿਹੜੀ ਉਹ ਸੁੱਖ ਦਿੰਦੀ ਹੈ ਤੇ ਦਿਨ ਜਿਹੜਾ ਹੈ ਉਹ ਚਾਨਣ ਪਾਉਂਦਾ ਹੈ ਚਸ਼ਮੇ ਨਹਿਰਾਂ ਤੇ ਖੂਹ ਰੱਬ ਨੇ ਪਾਣੀ ਪਾਕ ਪਾਣੀ ਵਾਸਤੇ ਬਣਾਏ ਨੇ ਪਰਬਤ ਪਹਾੜ ਵੀ ਅੱਲਾ ਦੀ ਸ਼ਾਨ ਜ਼ਾਹਿਰ ਕਰਦੇ ਨੇ ਇਹ ਸਭ ਕੁਛ ਰੱਬ ਨੇ ਬੰਦਿਆਂ ਦੇ ਫਾਇਦੇ ਲਈ ਪੈਦਾ ਕੀਤੇ ਨੇ ਇਸ ਲਈ ਰੱਬ ਦਾ ਅਹਿਸਾਨ ਮੰਨੋ ਕਿਆਮਤ ਦੇ ਦਿਹਾੜੇ ਚੰਗੇ ਅਮਲਾਂ ਵਾਲੇ ਨੇੜੇ ਹੋਣਗੇ ਨੇਕ ਅਮਲਾਂ ਵਾਲੇ ਖੁਸ਼ਕਿਸਮਤ ਬਹਿਸ਼ਤਾਂ ਵਿੱਚ ਹਮੇਸ਼ਾ ਮੌਜਾਂ ਮਾਰਨਗੇ ਤੇ ਗੁਨਹਗਾਰ ਪਛਤਾਵਣਗੇ ਤੇ ਹਮੇਸ਼ ਦੋਜ਼ਖ ਵਿੱਚ ਸੜਨਗੇ ਇਸ ਲਈ ਨੇਕ ਅਮਲ ਕਰੋ ਤੇ ਰੱਬ ਕੋਲੋਂ ਡਰੋ ਇਹਨਾਂ ਦਾ ਪਹਿਲਾ ਵਾਸ ਸੀ